बंदा नखरे चकदा सारे शुक्र है शॉपिंग करांदा जी डिनर ते भी लेके जांदा बंदा हां जी गल भी सारी सुनदा हां जी जी बुड्ढी जो नुक्स नहीं कटेगा भावे मां चो कटे वाकई याद है ए नवे नवे ब्याह दी गल्ला पहले 2 साल बाद दसी मेनू अच्छा सारा कुछ उल्ट हो जाना सही क्या पाण में हां जी मैं अच्छा और की तब्दीलियां और कुछ नहीं अगर कहना मने ते फिर कोई मसला नहीं है बाकी अगर ना मने ते फिर बंदा बोर हो जाता ते फिर दूसरी शॉपिंग कट जाती है हां जी आज फिल्म देखना है फिल्म दा ने क्या मूवी देखनी है तो मूवी देखना आए थी आज ते तानू वेख लिया इन्होंने क्या हुन मतलब के सी ना शो ताडा वेख दे ना ते इसलिए बहुत शुक्रिया 2 साल बाद कहना इस भाई ने भेने तू फिल्म दा कहना ना फिल्म दिखा ने कहना तू आप बड़ी वड्डी फिल्म लव मैरिज ए कमाल दी गल हुंदी बंदा ध्रुव भी लेंदा है जी हां जी एक सवाल और देना जवाब तुसी दसना दुनिया च सब तो ज्यादा जुबान की समझी जांदी है इंग्लिश इंग्लिश ते समझ नहीं आंदी भरावा पल्ले नहीं पेंदी ओ सानू पे ही ते पंजाबी है ना सारे इसलिए सानू समझ नहीं आंदी बाकी ते सारे कंट्री विच इंग्लिश ही चल रही नहीं इंग्लिश नहीं पंजाबी अंग्रेज समझदे होणे फारसी नहीं तुसी को मैं हार गए चलो ये हार गए जी हार गए कोई पंजाबी डायलॉग याद होवे कोई पंजाबी जे तू किसी होर नु चाहे तो तेरे पास सही डायलॉग बोलया सुनांदी रहंदी है कहंदी जे तू और कितना कीता मैं ओनु भी मार देना तेनु मार देना भाई दा पिता काट दे पिता नहीं नु जन्म का पागल पिता निकल जा कुछ हजम नहीं हुंदा बहुत टेंशन आ वादे भाई काट दे जान मैं क्यों कटा पागल किसी होर नु चाहेगा जान भी ते कटनी होना जान दी सब कुछ बर्दाश्त कर सकदी लेकिन दूसरी औरत नहीं बर्दाश्त कर सकदी दूजी औरत नहीं बर्दाश्त फॉर एग्जाम्पल कल दूजी औरत आ गई फिर ਤੁਸੀਂ ਕੋ ਪੰਜਾਬੀ ਚ ਡਾਇਲੋਗ ਬੋਲ ਪੰਜਾਬੀ ਚ ਇੱਕ ਹੀ ਉਹ ਡਾਇਲੋਗ ਹੈ ਨਹੀਂ ਦਿਆ ਮਜ਼ਾਕ ਆ ਬੜਾ ਕਿ ਉਹਦੇ ਵਿੱਚ ਮੋਜਾਂ ਹੀ ਮੋਜਾਂ ਉਹਦੇ ਵਿੱਚ ਨਸ ਚਨੋਟੀ ਕਹਿ ਰਿਹਾ ਸੀ ਅੰਨੀ ਦਿਆ ਮਜ਼ਾਕ ਹੈ ਉਹ ਬੜਾ ਨਾ ਮਸ਼ਹੂਰ ਹੈ ਡਾਇਲੋਗ ਫਿਲਮ ਵੀ ਆਈ ਸੀ ਅੰਨੀ ਦਿਆ ਮਜ਼ਾਕ ਹਾਂਜੀ ਅੰਨੀ ਦੇ ਮਜ਼ਾਕ ਉਹ ਵਾਲੀ ਦੇਖੀ ਸੀ ਹਾਂਜੀ ਕਿਤੇ ਨਾ ਕਿਤੇ ਮੈਂ ਵੀ ਆਣਾ ਸੀ ਉਹਦੇ ਵਿੱਚ ਮੈਂ ਕੱਟੀ ਗਈ ਮੈਨੂੰ ਫਿਲਮ ਦਾ ਨਾਮ ਹੀ ਜ਼ਹਿਰ ਲੱਗਣ ਲੱਗ ਗਿਆ ਨਹੀਂ ਤੁਹਾਨੂੰ ਵੀ ਅਸੀਂ ਆਣਾ ਚਾਹੀਦਾ ਫਿਲਮ 'ਚ ਮਾਸ਼ਾਅੱਲਾ ਕਾਫੀ ਜ਼ਿਆਦਾ ਤੁਹਾਡੇ ਸ਼ੋਅ ਵੇਖੀਦੇ ਨੇ ਕਾਫੀ ਜ਼ਿਆਦਾ ਵਾਇਰਲ ਹੁੰਦੇ ਨੇ ਇਸ ਲਈ ਇਹਨਾਂ ਹੀ ਵੇਖਿਆ ਅੱਜ ਅਸੀਂ ਆਏ ਸੀ ਤੇ ਤਵਾਕਨ ਹੀ ਤੁਸੀਂ ਮਿਲ ਗਏ ਤੇ ਇਸ ਲਈ ਇਹ ਕਹਿੰਦੀ ਮੈਂ ਮਤਲਬ ਉਹਨਾਂ ਨਾਲ ਗੱਲ ਕਰਨੀ ਹੈ ਤੇ ਮੈਂ ਸ਼ੋਅ 'ਚ ਆਣਾ दो तरीफा दे कर दे मेरी हां जी माशाल्लाह तुसी बहुत प्यारे
ਬਹੁਤ ਸ਼ੁਕਰੀਆ ਜੋ ਵੀ ਵੇਖਦੇ ਤੁਸੀਂ ਬਹੁਤ ਪਿਆਰਾ ਬੋਲਦੇ ਹੋ ਪਾਥੀਆਂ ਵੀ ਚੁੱਕਦੇ ਹੋ ਕਰਦੇ ਅਸੀਂ ਤੁਹਾਨੂੰ ਸ਼ੋਅ ਚ ਵੇਖੀ ਦਾ ਅੱਜ ਰੀਅਲ ਵਿੱਚ ਹੀ ਵੇਖ ਲਿਆ ਕਾਫੀ ਜ਼ਿਆਦਾ ਤਕਰੀਬਨ ਮੈਨੂੰ ਇੱਕ ਸਾਲ ਹੋ ਗਿਆ ਮੈਨੂੰ ਵੇਖਦੇ ਮੈਨੂੰ ਜਦੋਂ ਦੀ ਮੈਂ ਇੱਧਰ ਮਿਲੀ ਹਾਂ ਮੈਨੂੰ ਇਹਨੇ ਹਰ ਚੀਜ਼ ਵਿਖਾਈ ਮੈਂ ਅਸੀਂ ਪਹਿਲੇ ਇਸ ਤਰ੍ਹਾਂ ਸਾ ਅਸੀਂ ਬਾਹਰ ਨਹੀਂ ਸੀ ਜਾਂਦੇ ਹੈ ਘਰੋਂ ਘਰ ਵਿੱਚ ਬਾਹਰ ਨਹੀਂ ਸੀ ਭਾਈ ਕਿਤੇ ਵੀ ਨਹੀਂ ਸੀ ਲੈ ਕੇ ਜਾਂਦੇ ਹੈ ਵਾਹ ਦੇ ਨੇ ਜਿਹੜਾ ਮੈਨੂੰ ਸਾਰਾ ਕੁਛ ਫੜਾਇਆ ਲਾਹੌਰ ਸਾਰਾ ਮੈਨੂੰ ਫੜਾ ਛੱਡੇ ਰੱਬ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਤੁਸੀਂ ਇੰਜੀ ਹੱਸਦੇ ਵੱਸਦੇ ਰਹੋ ਅਤੇ ਕਦੀ ਕੋਈ ਤੀਜਾ ਤੁਹਾਡੇ ਵਿੱਚ ਨਾ ਆਏ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਏ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਵਾਲੇਕੁਮ ਸਲਾਮ ਕੀ ਕਰਨ ਆਏ ਸੀ ਇਸ ਮਾਲ 'ਚ ਬਸ ਇਹੀ ਘੁੰਮਣੇ ਹੀ ਆਏ ਥੇ ਘੁੰਮਣ ਫਿਰਨ ਮੈਂ ਰੋਟੀ ਖਾਣਾ ਆਪ ਤੁਸੀਂ ਕਿੰਨੂ ਟੈਪ ਬਣ ਕੇ ਫੇਰ ਰਹੇ ਹੋ ਭੈਣਾ ਬਸ ਬੀਬੀ ਦਾ ਜੋ ਰੂਪ ਚੜਿਆ ਹੋਵੇ ਤੇ ਫਿਰ ਬੰਦਾ ਇੰਜ ਚੜਦਾ ਹੀ ਇੰਡਾ ਖੱਟਾ ਰੰਗ ਪਾ ਕੇ ਆ ਗਿਆ ਜੱਚ ਰਿਹਾ ਨਾ ਆਪਣੇ ਆਪ ਨੂੰ ਕਹਿ ਰਹੇ ਜੱਚ ਰਿਹਾ ਹਰ ਬੰਦਾ ਆਪਣੇ ਆਪ ਵਿੱਚ ਹੀਰੋ ਹੀ ਹੈ ਨਾ ਤੇ ਹੀਰੋਇਨ ਹੈ ਤੁਸੀਂ ਸਮਝ ਆਏ ਤੇ ਇਹ ਤੇ ਹੈ ਨਾਲ ਇਸ ਭਾਈ ਨੇ ਇੰਜੈਕਸ਼ਨ ਮਾਰਤਾ ਨਾ ਜਾ ਮੈਂ ਆਪ ਸੇ ਵੀ ਪੁੱਛਣਾ ਚਾਹਣਾ ਪੰਜਾਬੀ ਚ ਪੁੱਛਣਾ ਤੁਸੀਂ ਫੈਸਲਾ ਬਾਦ ਦਿਓ ਨਾ ਅੱਛਾ ਉੱਥੇ ਦੀਆਂ ਜੁਗਤਾਂ ਬੜੀਆਂ ਮਸ਼ਹੂਰ ਹੈ ਵਜ੍ਹਾ ਕੀ ਹੈ ਵਜ੍ਹਾ ਕੀ ਹੈ ਚੰਗੀ ਗੱਲ ਕਰਦੇ ਹੁਣੇ ਤਦ ਕਰਕੇ ਤਾਂ ਚੰਗੀ ਗੱਲ ਤੇ ਲੋੜ ਤੋਂ ਅੱਛੀ ਕੋਈ ਨਹੀਂ ਨਾ ਕਰਦਾ ਤੁਸੀਂ ਲੋੜਦੇ ਹੋ ਜੁਗਤਬਾਜ਼ ਹੋ ਨਹੀਂ ਜੁਗਤਬਾਜ਼ ਨਹੀਂ ਤੇ ਲੋੜ ਤੋਂ ਵਧੀਆ ਬਾਜੀ ਇੰਜੀ ਗਿਆ ਜੁਗਤ ਕੋਈ ਨਹੀਂ ਕਰ ਸਕਦਾ ਨਹੀਂ ਨਹੀਂ ਬਾਤ ਜੁਗਤ ਤੇ ਫੈਸਲਾ ਬਾਤ ਦੇ ਅੰਡੇ ਮਾਸ਼ਾਅੱਲਾ ਤੁਸੀਂ ਬੜੀ ਅੱਛਾ ਜੁਗਤਾ ਕਰਦੇ ਹੋ ਤੁਹਾਡਾ ਕਦੀ ਕਦੀ ਕਰ ਲੈ ਮੈਂ ਵੇਖਦਾ ਵਾਂ ਬਾਹਾਂ ਤੁਸੀਂ ਫਿੱਕੇ ਕਰਦੇ ਹੋ ਲੇਕਿਨ ਬਹੁਤੇ ਕਰਦੇ ਇਹ ਕਦੀ ਕਦੀ ਫਿੱਕੀਆਂ ਕਰ ਲੈਂਦੀ ਆ ਫਾਈਨ ਮੈਂ ਜੁਗਤਬਾਜ਼ ਨਹੀਂ ਅੱਜ ਸਪੈਸ਼ਲੀ ਤੁਹਾਡਾ ਰਿਸ਼ਕੇ ਵਾਲਾ ਸ਼ੋਅ ਬੜਾ ਫੇਮਸ ਉਹ ਮੈਂ ਲਾਜ਼ਮੀ ਦੇਖਿਆ ਜਿਹੜਾ ਤੁਸੀਂ ਪਤਾ ਨਹੀਂ ਕਿਸੇ ਲੜਕੇ ਨਾਲ ਕੀਤਾ ਸੀ ਉਹ ਅੱਛਾ ਸ਼ੋਅ ਸੀ ਬੜਾ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਅੱਛਾ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਮਤਲਬ ਇੰਨਾ ਪੁਰਾਣਾ ਕੰਮ ਨਹੀਂ ਆ ਇੱਕ ਸਾਲ ਪੁਰਾਣਾ ਨਹੀਂ ਹੋਇਆ 6 ਮਹੀਨੇ ਹੋਏ ਨੇ ਉਹਦੀ ਜ਼ਾ ਮੈਮਰੀ ਅੱਜ ਮੂੰਹ ਤੇ ਪੀਆਰਪੀ ਕਰਾ ਕੇ ਇਹਨਾਂ ਦੇ 6 ਮਹੀਨੇ ਪਿੱਛੇ ਚਲੇ ਗਈ ਅੱਛਾ ਕੀ ਕੋਈ ਤਬਦੀਲੀ ਆਈ ਮੈਂ ਪੀਆਰਪੀ ਨਹੀਂ ਕਰਾਈ ਮੈਂ ਇਹ ਹਾਈਡਰਾਫੇਸ਼ੀਅਲ ਲਿਆ ਹੈ ਪਿਗਮੈਂਟੇਸ਼ਨ ਕੇ ਲਿਏ हाइड्राफेशियल लिया पिगमेंटेशन के लिए क्योंकि मैंने एक पीआरपी कराई थी तो वो बस ख़राब हो गई नाम में लेना नहीं चाह रही डॉक्टर का तो वो बस फिर पिगमेंटेशन की वजह से जो है मैं सफ़र हुई और फिर मैं इधर आ गई ਕੋਈ ਗੱਲ ਨਹੀਂ ਭੈਣੇ ਟੈਨਸ਼ਨ ਨਹੀਂ ਲੈਣੀ ਹੈ ਵਿਆਹ ਤੇ ਜਿਹੜਾ ਹੋ ਗਿਆ ਹੋ ਗਿਆ ਕਿਸਮਤ ਸਣਨੀ ਸੀ ਭੈਣ ਤੇਰੀ ਸੜ ਗਈ ਉਹ ਵੇਲਾ ਸੋਚੋ ਜਦੋਂ ਸਾੜੀ ਸਣਨੀ ਜਦ ਤੱਕ ਸੜ ਗਈ ਉਹ ਸੋਚੋ ਵੇਲਾ ਮੇਰੀ ਸੜ ਕੇ ਸਹੀ ਹੋ ਗਈ ਸੜ ਗਈ ਜਿਹੜੀ ਸਣਨੀ ਭਰਾਵਾ ਇੱਕੋ ਜਿੰਨੀ ਸੜ ਗਈ ਆ ਕਿ ਹੁਣ ਜ਼ਿੰਦਗੀ 'ਚ ਤਮੰਨਾ ਨਹੀਂ ਰਹੀ ਹੋਰ ਸਾੜਨ ਦੀ ਅੱਜ ਚਲੋ ਇੱਕ ਸਵਾਲ ਦੇਣਾ ਤੁਸੀਂ ਉਹਦਾ ਜਵਾਬ ਤੁਸੀਂ ਦੱਸਣਾ ਵਾ ਕਿਹਦੀ ਜ਼ੁਬਾਨ ਆ ਜਿਹੜੀ ਦੁਨੀਆ ਦੇ ਸਭ ਤੋਂ ਜ਼ਿਆਦਾ ਸਮਝੀ ਜਾਂਦੀ ਇੰਗਲਿਸ਼ ਨਹੀਂ ਸਭ ਤੋਂ ਜ਼ਿਆਦਾ ਸਮਝੀ ਜਾਂਦੀ ਹੈ ਚਾਈਨੀਜ਼ ਨਹੀਂ ਤੁਹਾਨੂੰ ਚਾਈਨੀਜ਼ ਸਮਝ ਆਉਂਦੀ ਮੈਂ ਤੇ ਚਾਈਨਾ ਰਹਿ ਕੇ ਆਈ ਹਾਂ ਨਾ ਆਂਦੀ ਤੁਹਾਨੂੰ ਬੋਲਨੀ ਆਂਦੀ ਹੈ ਬੋਲਨੀ ਚਾਈਨਾ ਚਾਈਨੀਜ਼ ਜ਼ੁਬਾਨ ਚ ਤੇਨੇ ਮੇਰੀਆਂ ਤਾਰੀਫਾਂ ਤੇ ਕਰੋ ਜ਼ਰਾ ਨੀ ਸ਼ੇਰ ਖਾਨ ਫਿਓਲੀਆ ਸ਼ੇਰ ਖਾਨ ਨਹੀਂ ਆ ਮੇਰੀਆਂ ਕਿੱਥੇ ਮੁੱਛਾਂ ਭੈਣ ਦੇਖ ਲਈਆਂ ਸ਼ੇਰ ਖਾਨ ਕਹਿਣ ਨੀ ਸ਼ੇਰ ਖਾਨ ਫਿਓਲੀਆ ਆ ਬਹੁਤ ਪਿਆਰੀ ਹੈ ਰੱਬਾ ਮੈਂ ਕਹ ਮੈਂ ਸ਼ੇਰ ਖਾਨ ਹੀ ਡਾਇਰੈਕਟ ਕਹਿਤਾ ਮੈਨੂੰ ਅੱਛਾ ਇੱਕ ਹੋਰ ਤਰੀ ਨੀਂ ਚੰਦੀ ਆਮਾ ਆ ਕੀ ਸੀ ਭੈਣੇ ਆਪ ਕੀ ਸਿਹਤ ਅੱਛੀ ਹੈ ਆਪਣੀ ਹਰ ਕੋਈ ਸਮਝ ਲੈਂਦੇ ਦੁਨੀਆ ਤੇ ਜ਼ਿਆਦਾ ਤੇ ਮੋਸਟਲੀ ਅਗਰ ਵਰਲਡ ਵਾਈਡ ਦੇਸੀ ਇੰਗਲਿਸ਼ ਤੇ ਉਰਦੂ ਦੋਨੇ ਨੇ ਉਰਦੂ ਵੀ ਇੰਗਲਿਸ਼ ਵੀ ਦਾ ਨੱਕ ਕਿੱਡਾ ਨਿੱਕਾ ਜਿਹਾ ਵਾ ਤੁਸੀਂ ਕਦੀ ਪੁੱਛਿਆ ਨਹੀਂ ਐ ਡੱਕ ਕਿਉਂ ਰਹਿ ਗਿਆ ਪਿਆਰੇ ਨੱਕ ਨਿੱਕੇ ਹੁੰਦੇ ਨੇ ਪਿਆਰੇ ਨੱਕ ਨਿੱਕੇ ਕਹਿੰਦੀ ਆ ਉਹਦੀ ਗਰੋਥ ਨਹੀਂ ਹੋਈ ਉਹ ਰੁਕ ਗਿਆ ਬਚਪਨ ਦਾ ਹੀ ਨੱਕ ਇੱਥੇ ਰਹਿ ਗਿਆ ਤੁਸੀਂ ਕਿਹੜਾ ਡਬਡਾ ਕੇ ਆਈਫਲ ਟਾਵਰ ਤੇ ਲਾਇਆ ਤੇ ਦੋਵਾਂ ਦੀ ਲੜਾਈ 'ਚ ਮੈਂ ਫਸ ਜਾਣਾ ਹੈ ਤੇ ਮੇਰਾ ਘਰ ਜਾਣਾ ਮੁਸ਼ਕਿਲ ਹੋ ਜਾਣਾ ਹੈ ਮੇਰੇ ਐਕਸਟਰਾ ਵੱਧ ਗਿਆ ਵਾ ਇਸ ਭਾਈ ਦਾ ਰੁਕ ਗਿਆ ਵਾ ਅੱਛਾ ਪੰਜਾਬੀ ਦਾ ਕੋਈ ਡਾਇਲੋਗ ਯਾਦ ਹੋਏ ਬੋਲਣਾ ਤੁਸੀਂ ਪੰਜਾਬੀ ਦਾ ਕੋਈ ਡਾਇਲੋਗ ਪੰਜਾਬੀ ਡਾਇਲੋਗ ਤੁਸੀਂ ਕੋਈ ਡਾਇਲੋਗ ਨਹੀਂ ਹੈ
ਤੁਹਾਡੇ ਵੀ ਨਹੀਂ ਪਾਣ ਮੇਰੇ ਮੈਂ ਹੈ ਸੀ ਤਾਂ ਦੱਸਦਾ ਬਹੁਤ ਭੈੜਾ ਦੱਸਿਆ ਡਾਕਟਰ ਸਿਆ ਅੱਛਾ ਕੋਈ ਸ਼ੇਰ ਜਾਂ ਗਾਣਾ ਇਨਕੋ ਬੁੱਤ ਸੇ ਜ਼ਿਆਦਾ ਅੱਛਾ ਆਤਾ ਹੈ ਗਾਣਾ ਸੁਣਨਾ ਪੰਜਾਬੀ ਪੰਜਾਬੀ ਕਿਉਂਕਿ ਤਾਂ ਸ਼ੋਅ ਪੰਜਾਬੀ ਤੁਹਾਨੂੰ ਪੰਜਾਬੀ ਗਾਣਾ ਸੁਣਨਾ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਣਾ ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਣਾ ਇੱਕ ਦਿਨ ਸਿਰ ਆ ਮੇਰੇ ਖੋਲਣਾ ਜੇ ਮੈਂ ਲੁੱਟੀ ਗਈ ਹਾਂ ਡੋਲਣਾ ਜੇ ਮੈਂ ਲੁੱਟੀ ਗਈ ਹਾਂ ਲਾਇਆ 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 ਠੀਕ ਹੈ ਦੇਖ ਲੋ ਇੱਕ ਦੂਜੇ ਵਾਲੀ ਨਹੀਂ ਦੇਖਦੇ ਪਏ ਬਾਜੀ ਤੁਹਾਡਾ ਹੀ ਬੰਦਾ ਵਾ ਐ ਮੇਰੇ ਖਿਆਲ 6 ਮਹੀਨੇ ਹੋ ਗਏ ਨੇ ਸ਼ਾਦੀ ਨੂੰ ਤੇ ਸਾਲ ਬਾਅਦ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੁੰਦਾ ਹੈ 6 ਮਹੀਨੇ ਹਲੇ ਹੋਏ ਤੇ ਦੇਖਣ ਨੂੰ ਦਿਲ ਨਹੀਂ ਕਰ ਰਿਹਾ ਬਾਜੀ ਕਹਿ ਰਹੇ ਪੈਂਟ ਸਹੀ ਕਹਿ ਰਹੇ ਨੇ ਉਹ ਮੇਰਾ ਨਹੀਂ ਕਰ ਰਿਹਾ ਮੈਂ ਇਸਲੀ ਇੱਧਰ ਵੇਖ ਰਹੇ ਹਾਂ ਬਸ ਕਰ ਦੋ ਉਹਨਾਂ ਨੇ ਜਮਾ ਹੀ ਨਹੀਂ ਤੁਸੀਂ ਦੇ ਨਹੀਂ ਹੁਣ ਵੇਖ ਲੈਣਾ ਮੈਂ ਵੇਖ ਉਹ ਅੱਜ ਉਹਨੇ ਨਾ ਮਾਈਕਰ ਉਹ ਗਵਾਈ ਹੈ ਨਾ ਪੀਆਰਪੀ ਤੇ ਮੈਨੂੰ ਸਹੀ ਨਹੀਂ ਲੱਗਦੀ ਇਸ ਲਈ ਮੈਂ ਇਸਲੀ ਕੈਮਰੇ 'ਚ ਵੇਖ ਰਿਹਾ ਹਾਂ ਜੀ ਬਹੁਤ ਸ਼ੁਕਰੀਆ ਵਧੀਆ ਹੋ ਗਿਆ